ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ, ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖੋ। ਕੋਰੋਨਾ ਵਾਇਰਸ ਦੇ ਕਾਰਨ ਸੂਬੇ ਵਿੱਚ ਕਰਫਿਊ ਲਗਾਇਆ ਗਿਆ ਹੈ। ਕਰਫਿਊ ਕਾਰਨ ਅਰਥਵਿਵਸਥਾ ਰੁਕ ਗਈ ਹੈ, ਜਿਸ ਦਾ ਹਰਜਾਨਾ ਗਰੀਬ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਕਸਬੇ ਦੇ ਹੀ ਵਿੱਚ ਰਹਿਣ ਵਾਲੇ NRI ਸੁਨੀਲ ਦੁੱਗਲ ਵੱਲੋਂ ਗਰੀਬਾਂ ਦੀ ਬਾਂਹ ਫੜੀ ਹੈ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਨਾਲ ਮਿਲ ਕੇ ਉਹ ਗਰੀਬਾਂ ਦੀ ਮਦਦ ਕਰ ਰਹੇ ਹਨ। ਪਰ ਸ਼ਹਿਰ ਦੇ ਹੀ ਕੁਝ ਲੋਕਾਂ ਵੱਲੋਂ ਸੁਨੀਲ ਦੁੱਗਲ ਦੇ ਕੀਤੇ ਨੇਕ ਕੰਮਾਂ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ, ਜਿਸ ਦੀ ਸੁਨੀਲ ਦੁੱਗਲ ਨੇ ਕੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਸੁਨੀਲ ਦੁੱਗਲ ਨੇ ਦੱਸਿਆ ਕਿ ਉਹਨਾਂ ਦੀ ਸਿਰਫ ਇੱਕੋ ਹੀ ਮੰਸ਼ਾ ਹੈ ਕਿ ਮੇਰੇ ਸ਼ਹਿਰ ਦੇ ਲੋਕ ਭੁੱਖੇ ਨਾ ਸੌਣ, ਮੈਂ ਜਿੰਨਾ ਚਿਰ ਵੀ ਇੱਥੇ ਹਾਂ ਉਹਨਾਂ ਦੀ ਮਦਦ ਕਰਾਂ। ਉਹਨਾਂ ਦੱਸਿਆ, ਮੈਂ ਪਹਿਲਾਂ ਵੀ ਗਰੀਬਾਂ ਦੀ ਮਦਦ ਕਰਦਾ ਆ ਰਿਹਾ ਹਾਂ, ਜਿਸ ਦਾ ਮੇਰੇ ਸ਼ਹਿਰ ਵਾਸੀ ਇਸ ਤੋਂ ਜਾਣੂ ਹਨ। ਵਿਰੋਧ ਕਰਨ ਵਾਲਿਆਂ ਨੂੰ ਸੁਨੀਲ ਦੁੱਗਲ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਇਸ ਦੁੱਖ ਦੀ ਘੜੀ ਨੂੰ ਆਪਾਂ ਰਲ ਮਿਲ ਕੇ ਸਾਂਭ ਲਈਏ। ਬਾਕੀ ਮੁਲਕਾਂ ਵਿੱਚ ਕੋਰੋਨਾ ਨੇ ਜੋ ਕਹਿ ਢਾਇਆ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਅਸੀਂ ਰਲ ਮਿਲ ਕੇ ਇੱਥੇ ਸਭ ਠੀਕ ਕਰਨਾ ਹੈ। ਮੈਨੂੰ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ, ਕਿਰਪਾ ਕਰਕੇ ਮੇਰੇ ਕੰਮਾਂ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ। ਹਾਂਜੀ ਸੁਨੀਲ ਜੀ, ਕੀ ਕਹਿਣਾ ਚਾਹੁੰਦੇ ਸਰ ਤੁਸੀਂ? ਸਰ ਮੈਂ ਸਭ ਨਾਲ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਜਾਣਦੇ ਹੋ ਕਿ ਸਾਡੇ 'ਤੇ ਜਿਹੜੀ ਦੁੱਖਦ ਘੜੀ ਆਈ ਹੋਈ ਹੈ ਸਾਰੇ ਹਿੰਦੁਸਤਾਨ 'ਤੇ ਸਾਰੇ ਦੁਨੀਆ 'ਤੇ ਆਈ ਹੋਈ ਹੈ, ਉਹਦੇ 'ਚ ਸਾਡਾ ਪੰਜਾਬ ਹੀ ਇਨਵੋਲਵ ਹੈ। ਅਤੇ ਮੇਰੀ ਹੱਥ ਜੋੜ ਕੇ ਸਾਰੇ ਵੀਰ ਭਰਾਵਾਂ ਨੂੰ, ਆਪਣੇ ਸ਼ਹਿਰ ਦੇ ਜਿੱਥੇ ਅਸੀਂ ਮਦਦ ਕਰ ਰਹੇ ਹਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਚੀਜ਼ ਨੂੰ ਜਿੱਥੇ ਅਸੀਂ ਦਾਨ ਪੁੰਨ ਕਰ ਰਹੇ ਹਾਂ ਮਜ਼ਦੂਰ ਲੋਕਾਂ ਨੂੰ, ਜ਼ਰੂਰਤਮੰਦ ਲੋਕਾਂ ਨੂੰ, ਪਲੀਜ਼ ਇਹਨੂੰ ਪੋਲੀਟੀਕਲ ਇਸ਼ੂ ਨਾ ਬਣਾਇਆ ਜਾਏ। ਅਤੇ ਕੁਝ ਜਿਹੜੇ ਬੰਦੇ ਤੰਗ ਸੋਚ ਰੱਖਣ ਵਾਲੇ ਨੇ ਉਹ ਆਪਣੇ ਦਿਮਾਗ 'ਚੋਂ ਇਹ ਸੋਚ ਕੱਢ ਦੇਣ ਕਿ ਮੈਂ ਕੁਛ, ਉਹ ਇੱਦਾਂ ਦੀ ਸੋਚ ਮਨ 'ਚ ਨਾ ਲੈ ਕੇ ਆਉਣ ਕਿ ਮੈਂ ਕੁਛ ਗਲਤ ਕਰ ਰਿਹਾ ਜਾਂ ਕਿਸੇ ਪਾਰਟੀਕੁਲਰ ਪਾਰਟੀ ਲਈ ਕਰ ਰਿਹਾ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਭਰਾਵਾਂ ਨੂੰ ਵੀ, ਮੈਂ ਜੋ ਕਰ ਰਿਹਾ ਮੈਂ ਸਿਰਫ ਆਪਣਾ ਫਰਜ਼ ਨਿਭਾ ਰਿਹਾ, ਆਪਣੇ ਲੋੜਵੰਦ ਲੋਕਾਂ ਦੀ ਮਦਦ ਕਰ ਰਿਹਾ ਹੈਗਾ। ਬਸ ਮੇਰੀ ਇਹੋ ਹੀ ਹੈ ਤੁਹਾਡੇ ਅੱਗੇ, ਸਾਰੇ ਭਰਾਵਾਂ ਅੱਗੇ ਇਹੋ ਹੀ ਗੁਜ਼ਾਰਿਸ਼ ਹੈ ਕਿ ਤੁਸੀਂ ਇਹਨੂੰ ਬਿਲਕੁਲ ਰਾਜਨੀਤਿਕ ਰੰਗ ਨਾ ਦਿਓ ਅਤੇ ਜਿਹੜਾ ਵਕਤ ਮਾੜਾ ਆਇਆ ਅਸੀਂ ਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਜਿੰਨੀ ਕੁ ਸਾਡੇ ਕੋਲ ਮਦਦ ਹੁੰਦੀ ਹੈ ਅਸੀਂ ਕਰੀਏ, ਅਤੇ ਸਾਡੀ ਜਿਹੜੀ ਸੁਸਾਇਟੀ ਹੈ ਫਤਿਹਗੜ੍ਹ ਚੂੜੀਆਂ ਸੋਸ਼ਲ ਵੈਲਫੇਅਰ ਸੁਸਾਇਟੀ ਹੈ ਜਿਨ੍ਹਾਂ ਦੇ ਪ੍ਰਧਾਨ ਰੋਹਿਤ ਬੀਬੜਾ ਜੀ, ਵਿੱਕੀ ਜੀ ਨੇ, ਰਾਈਟ, ਅਸੀਂ ਜਿੰਨੀ ਕੁ ਕੋਸ਼ਿਸ਼ ਹੁੰਦੀ ਹੈ ਅਸੀਂ ਲੋਕਾਂ ਦੇ ਗਰੀਬ ਪਰਿਵਾਰਾਂ ਨੂੰ ਆਪਾਂ ਪੂਰਾ ਅੰਨ ਪਹੁੰਚਾ ਰਹੇ ਹਾਂ। ਸਾਡਾ ਸਹਿਯੋਗ ਦਿਓ ਸਾਡੇ ਨਾਲ, ਜਿਹੜੇ ਆਪਣੀਆਂ ਸੁਸਾਇਟੀਆਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਸਾਨੂੰ ਆ ਕੇ ਕੰਟੈਕਟ ਕਰੋ, ਅਸੀਂ ਆਪਣੇ ਕੋਲੋਂ ਉਹਨਾਂ ਦੀ ਮਦਦ ਕਰਾਂਗੇ। ਅਤੇ ਪਲੀਜ਼ ਇਹਨੂੰ ਨਾ ਰੰਗਤ ਦਿਓ, ਰਾਜਨੀਤਿਕ ਰੰਗਤ ਨਾ ਦਿਓ, ਕੋਈ ਆਪਣੇ ਸਾਡੀ ਸੁਸਾਇਟੀ ਬਾਰੇ ਗਲਤ ਵਿਚਾਰ ਨਾ ਰੱਖੇ। ਅਤੇ ਮੈਂ ਇੱਕ NRI ਹੋਣ ਦੇ ਵਜੋਂ ਮੈਂ ਇਹੋ ਹੀ ਗੁਜ਼ਾਰਿਸ਼ ਕਰਨਾ ਚਾਹੁੰਦਾ, ਜਿੰਨੀ ਮੇਰੇ ਕੋਲ ਹੈਲਪ ਹੋ ਸਕੇਗੀ, ਮੈਂ ਕੱਲ੍ਹ ਵੀ ਕੀਤੀ ਸੀ, ਅੱਜ ਵੀ ਕਰ ਰਿਹਾ ਅਤੇ ਮੈਂ ਅੱਗੋਂ ਵੀ ਕਰਦਾ ਰਹਾਂਗਾ। ਪਰ ਮੇਰੇ ਦਿਲ ਨੂੰ ਤੁਸੀਂ ਇੱਦਾਂ ਤੋੜੋ ਨਾ ਕਿ ਇੱਕ ਮੈਂ ਗਰੀਬ ਪਰਿਵਾਰਾਂ ਲਈ ਸੋਚਾਂ ਅਤੇ ਉੱਤੋਂ ਮੈਨੂੰ ਆਪਣੇ ਜਿਹੜੇ ਸਰੋਤਾਂ ਤੋਂ ਮੈਸੇਜ ਮਿਲਦਾ ਕਿ ਤੁਸੀਂ ਪਿੱਛੇ ਹਟ ਜਾਓ, ਤੁਸੀਂ ਜੋ ਕਰ ਰਹੇ ਹੋ ਤੁਸੀਂ ਰਾਜਨੀਤਿਕ ਰੰਗਾਂ ਦੇ ਜੋੜ ਕੇ, ਫਿਰ ਆਪਣੇ ਮਹਾਰਾਜ ਨੂੰ ਧਿਆਨ 'ਚ ਰੱਖ ਕੇ ਕਹਿੰਦਾ ਕਿ ਮੇਰਾ ਇਹਦੇ ਵਿੱਚ ਕੋਈ ਵੀ ਇੱਦਾਂ ਦਾ ਮੋਟਿਵ ਨਹੀਂ ਹੈਗਾ ਜੇ ਮੈਂ ਕੋਈ ਰਾਜਨੀਤਿਕ ਰੰਗਾਂ ਦਿੰਦਾ ਹਾਂ। ਅਸੀਂ ਵੀਰ ਭਰਾ ਇਕੱਠੇ ਬੈਠੇ ਹੋਏ ਹਾਂ, ਅਸੀਂ ਇੱਕ ਸਿਰਫ ਗਰੀਬ ਪਰਿਵਾਰਾਂ ਦੀ, ਮਜ਼ਦੂਰ ਲੋਕਾਂ ਦੀ, ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਦੇ ਹਾਂ। ਤੁਸੀਂ ਬਸ, ਮੈਂ ਇੰਨਾ ਕੀ ਕੁਛ ਕਹਿਣਾ ਚਾਹੁੰਦਾ। ਤੁਸੀਂ NRI ਜੇ ਅਤੇ ਤੁਸੀਂ
ਇਹ ਬਿਮਾਰੀ ਨੂੰ ਦੇਖ ਕੇ ਉੱਥੋਂ ਇੱਧਰ ਮਦਦ ਕਰਨ ਵਾਸਤੇ ਆਏਗਾ ਜਾਂ ਕੋਈ ਆਪਣੇ ਰਝੇਵੇਂ? ਭਾਅ ਜੀ ਮੈਂ ਐਕਚੁਲੀ ਆਪਣੇ ਇੱਥੇ ਰਝੇਵੇਂ ਲਈ ਆਇਆ ਸੀਗਾ, ਉਦੋਂ ਬਿਮਾਰੀ ਸਟਾਰਟ ਹੀ ਹੋਈ ਸੀਗੀ, ਪਰ ਜਦੋਂ ਮੈਨੂੰ ਪਤਾ ਲੱਗਾ ਕਿ ਬਿਮਾਰੀ ਦਿਨ ਬ ਦਿਨ ਵੱਧ ਰਹੀ ਹੈ ਅਤੇ ਮੈਂ ਵਾਪਸ ਜਾਣਾ ਨਹੀਂ ਚਾਹਿਆ, ਈਵਨ ਮੇਰਾ ਬਿਜ਼ਨਸ ਵੀ ਉੱਥੇ ਹਟ ਹੁੰਦੇ ਆ, ਅਤੇ ਪਰ ਮੈਂ ਫਿਰ ਵੀ ਆਪਣੀ ਇੱਥੋਂ ਦਾ ਮੈਂ ਜੰਮਪਲ ਹਾਂ, ਮੈਨੂੰ ਆਪਣੇ ਇੱਥੋਂ ਦੇਸ਼ ਦੇ ਨਾਲ ਪਿਆਰ ਆ, ਅਤੇ ਮੈਨੂੰ ਦੇਖ ਰਿਹਾ, ਮੈਂ ਰੋਜ਼ ਆਪਣੇ ਨਿਊਜ਼ ਸੁਣਦਾ ਰਹਿੰਦਾ, ਆਪਣੇ ਸ਼ਹਿਰ 'ਚ ਵੀ ਦੇਖ ਰਿਹਾ ਕਿ ਜਿਹੜੇ ਵਿਚਾਰੇ ਦਿਹਾੜੀਦਾਰ ਲੋਕ ਨੇ ਉਹਨਾਂ ਦੇ ਪਰਿਵਾਰਾਂ ਦੇ ਘਰਾਂ ਵਿੱਚ ਚੁੱਲ੍ਹਾ ਨਹੀਂ ਬਲਣਦਿਆ, ਅਤੇ ਅਸੀਂ ਪਰਿਵਾਰ ਆਪਾਂ ਰਲ ਕੇ, ਭਰਾ ਸਾਰੇ ਰਲ ਕੇ ਅਸੀਂ ਕੋਸ਼ਿਸ਼ ਕਰਨੇ ਹਾਂ ਕਿ ਉਹਨਾਂ ਨੂੰ ਕਮ ਸੇ ਕਮ ਹੀ ਦੋ ਵਕਤ ਦੀ ਰੋਟੀ ਮਿਲੇ, ਅਤੇ ਬੱਚਿਆਂ ਨੂੰ ਆਪਣੇ ਛੋਟੇ ਬੱਚਿਆਂ ਨੂੰ ਖਤਮ ਕਰ ਦੁੱਧ ਜਾਣੀ ਕਿ ਪ੍ਰੋਵਾਈਡ ਕਰਵਾਉਂਦੇ ਰਹੀਏ, ਅਤੇ ਜੇ ਸਾਡੇ ਕੋਈ ਗਲਤੀ ਹੋ ਗਈ ਆ, ਜੇ ਕਿਸੇ ਵੀਰ ਭਰਾ ਨੇ ਆਪਣੇ ਆਪਣੇ ਫਤਿਹਗੜ੍ਹ ਚੂੜੀਆਂ ਦੇ ਕਿਸੇ ਵੀਰ ਭਰਾ ਨੇ ਇਹਨੂੰ ਪੋਲੀਟੀਕਲੀ ਮੁੱਦਾ ਸਮਝ ਲਿਆ, ਤਾਂ ਉਹਨੂੰ ਹੱਥ ਜੋੜ ਕੇ ਬੇਨਤੀ ਹੈ, ਪਲੀਜ਼ ਇਹਨੂੰ ਆਪਣੇ ਪੋਲੀਟੀਕਲੀ ਮੁੱਦਾ ਨਾ ਬਣਾਓ। ਪੰਕਜ ਪਾਂਧੀ, ਦਿਵਿਆ ਪੰਜਾਬ ਟੀਵੀ, ਫਤਿਹਗੜ੍ਹ ਚੂੜੀਆਂ।